ਤੁਹਾਡਾ ਇੱਕ ਵਾਰ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Job Sikke Guri ਤੇ। ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਤੇ ਪਹਿਲੀ ਵਾਰ ਵਿੱਚ ਕੀਤਾ ਤੇ ਤੁਸੀਂ ਚੈਨਲ ਨੂੰ ਹਮੇਸ਼ਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਡੀਓ ਦੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਵਾਲਾ ਬਟਨ ਦਿਖ ਜਾਊਗਾ। ਉਸ ਨੂੰ ਦਬਾ ਦਿਓ ਤੇ ਨਾਲ ਹੀ ਉੱਤੇ ਘੰਟੀ ਵਾਲਾ ਬਟਨ ਵੀ ਆ ਜਾਵੇਗਾ। ਉਸ ਨੂੰ ਵੀ ਦਬਾ ਦਿਓ ਤਾਂ ਕਿ ਇਨ ਫਿਊਚਰ ਜਦੋਂ ਵੀ ਮੈਂ ਕੋਈ ਨਵੀਂ ਜਾਣਕਾਰੀ ਲੈ ਕੇ ਆਉਂਦਾ ਸਭ ਤੋਂ ਪਹਿਲਾਂ ਲਾਈਫਟਾਈਮ ਲਈ ਤੁਹਾਨੂੰ ਉਸ ਦਾ ਫ੍ਰੀ ਵਿੱਚ ਨੋਟੀਫਿਕੇਸ਼ਨ ਮਿਲਦਾ ਰਹੇ। ਵੀਡੀਓ ਚੰਗੀ ਲੱਗੇ ਤਾਂ ਇੱਕ ਵਾਰੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲ ਹੀ ਆਪਣੇ ਫਰੈਂਡਸ ਦੇ ਵਿੱਚ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ। ਦ ਵਿਚ ਪਟਵਾਰੀ ਦੀ ਭਰਤੀ ਪੰਜਾਬ ਪੁਲਿਸ ਦੀ ਤੇ ਮਾਲ ਵਿਭਾਗ ਦੇ ਵਿੱਚ ਪੋਸਟ ਆ ਚੁੱਕੇ ਹਨ ਤੇ ਜਿਨ੍ਹਾਂ ਦਾ ਨੋਟੀਫਿਕੇਸ਼ਨ ਹੈ ਉਹ ਜਾਰੀ ਹੋ ਚੁੱਕਾ ਹੈ ਦੋਸਤੋ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਪੰਜਾਬ ਵਿੱਚ ਜਿਹੜੀਆਂ ਵੀ ਸਰਕਾਰੀ ਭਰਤੀਆਂ ਹੁਣ ਤੱਕ ਆਈਆਂ ਨੇ ਉਹਨਾਂ ਦਾ ਜਿਹੜਾ ਨੋਟੀਫਿਕੇਸ਼ਨ ਆਇਆ ਹੋਇਆ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਤੇ ਟੀਚਰ ਦੀ ਭਰਤੀ ਤੋਂ ਬਿਨਾਂ ਜਿਹੜਾ ਪੰਜਾਬ ਦੇ ਵਿੱਚ ਹੋਰ ਕੋਈ ਵੀ ਨੋਟੀਫਿਕੇਸ਼ਨ ਨਹੀਂ ਹਜੇ ਤੱਕ ਐਲਾਨ ਹੋਇਆ ਹੈ ਹੋ ਸਕਦਾ ਹੈ ਕਿ ਕੱਲ ਆ ਜਾਵੇ ਪਰਸੋਂ ਆ ਜਾਵੇ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਪਟਵਾਰੀ ਦੀ ਭਰਤੀ ਪੰਜਾਬ ਪੁਲਿਸ ਦੀ ਭਰਤੀ ਅਤੇ ਮਾਲ ਵਿਭਾਗ ਦੀ ਜਿਹੜੀ ਭਰਤੀ ਆਈ ਹੈ ਇਸ ਦੇ ਵਿੱਚ ਕੋਈ ਵੀ ਨੋਟੀਫਿਕੇਸ਼ਨ ਨਹੀਂ ਆਇਆ ਤੇ ਨਾ ਹੀ ਇਸ ਤੋਂ ਇਲਾਵਾ ਕੋਈ ਹੋਰ ਭਰਤੀ ਹੈ ਜਿਹੜੀ ਆਈ ਯਾਰੀ ਸਾਰੇ ਚੈਨਲਸ ਜਿਹੜੇ YouTube ਤੇ ਤੁਸੀਂ ਦੇਖ ਰਹੇ ਹੋ ਜੀ ਬਹੁਤ سارے ਚੈਨਲਾਂ ਦੇ ਉੱਪਰ ਤੁਹਾਨੂੰ ਇਸ ਦੇ ਰਿਗਾਰਡਿੰਗ ਕਿ ਪੰਜਾਬ ਪੁਲਿਸ ਦੀ ਭਰਤੀ ਆ ਗਈ ਹੈ ਪਟਵਾਰੀ ਦੀ ਭਰਤੀ ਆ ਗਈ ਹੈ ਬਾਲ ਵਿਭਾਗ ਦੀ ਭਰਤੀ ਆ ਗਈ ਹੈ ਹੋ ਸਕਦਾ ਹੈ ਕਿ ਕੱਲ ਤੱਕ ਉਪਰਤੀ ਦਾ ਨੋਟੀਫਿਕੇਸ਼ਨ ਆ ਜਾਵੇ ਮੈਂ ਇਸ ਬਾਰੇ ਨਹੀਂ ਕਹਿ ਰਿਹਾ ਪਰ ਚੈਨਲ ਸਾਰੇ ਤੁਹਾਨੂੰ ਕੀ ਕਰ ਰਹੇ ਨੇ ਬੇਵਕੂਫ ਬਣਾ ਰਹੇ ਨੇ ਜੀ ਗੁੰਮਰਾਹ ਕਰ ਲਏ ਨੇ ਹੋ ਸਕਦਾ ਹੈ ਕਿ ਉਹ ਭਰਤੀ ਜਲਦੀ ਹੀ ਆ ਜਾਵੇ ਤੇ ਹੁਣ ਮੈਂ ਤੁਹਾਨੂੰ ਉਹ ਭਰਤੀਆਂ ਦਿਖਾ ਦਿੰਦਾ ਜੀ ਜਿਹੜੀਆਂ ਪੰਜਾਬ ਦੇ ਵਿੱਚ ਹੁਣ ਤੱਕ ਆਈਆਂ ਹੋਈਆਂ ਨੇ ਪੰਜਾਬ ਦੇ ਵਿੱਚ ਜਿਹੜੀ ਭਰਤੀ ਆਈ ਹੋਈ ਹੈ ਜੀ ਸਭ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜ ਜੂਨੀਅਰ ਰਿਸਰਚ ਫਾਲੋਅ ਦੀ ਭਰਤੀ ਆਈ ਹੈ ਯੂਐਸ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਹੈ ਜੀ 24 ਦਿਨ ਇਸ ਦੀ ਲਾਸਟ ਡੇਟ ਹੈ ਇਸ ਤੋਂ ਬਾਅਦ ਪੀਏਯੂ ਦੇ ਵਿੱਚ ਭਰਤੀ ਆਈ ਹੈ ਇੱਕ ਰਿਸਰਚ ਐਸੋਸੀਏਟ ਦੀ ਜੂਨੀਅਰ ਫੀਲਡ ਲੈਬ ਹੈਲਪਰ ਦੀ ਭਰਤੀ ਹੈ ਜੀ ਇਸ ਦੇ ਵਿੱਚ 8th ਹੈ ਪਾਸ ਚਾਹੀਤੇ ਤੇ ਪੰਜਾਬ ਪੀ ਸੀ ਐਸ ਇਦੇ ਵਿੱਚ 17 ਫੰਕਸ਼ਨਲ ਮੈਨੇਜਰ ਦੀਆਂ ਪੋਸਟਾਂ ਆਈਆਂ ਹੋਈਆਂ ਨੇ ਜਿਹੜੀ ਗਰੁੱਪ ਦੀਆਂ ਨੇ ਇਸ ਦੇ ਵਿੱਚ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਤੇ ਡਿਪਲੋਮਾ ਜਿਹੜਾ ਹੈ ਇਸ ਦੇ ਵਿੱਚ ਜ਼ਰੂਰੀ ਹੈ ਤੇ 27 ਤਿੰਨ ਇਸ ਦੀ ਲਾਸਟ ਡੇਟ ਹੈ ਜੀ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਰੀਵਿਊਇੰਗ ਗ੍ਰੀਨ ਰੀਵੈਲੂਏਸ਼ਨ ਸੈੱਲ ਦੇ ਵਿੱਚ ਭਰਤੀ ਆਈ ਹੋਈ ਹੈ ਐਗਜ਼ੀਕਿਊਟਿਵ ਡਾਇਰੈਕਟਰ ਦੀ ਇਸ ਵਿੱਚ ਪੋਸਟ ਗ੍ਰੈਜੂਏਸ਼ਨ ਜ਼ਰੂਰੀ ਹੈ ਤੇ ਇਸ ਦੀ ਜਿਹੜੀ ਲਾਸਟ ਡੇਟ ਹੈ ਉਹ 17 ਤਿੰਨ 2020 ਹੈ ਇਸ ਦੀ ਲਾਸਟ ਡੇਟ ਇਸ ਤੋਂ ਬਾਅਦ ਮੈਂ ਤੁਹਾਨੂੰ ਦੂਸਰੀ ਭਰਤੀ ਜਿਹੜੀ ਕਿ ਮੈਂ ਪਹਿਲਾਂ ਹੀ ਗੱਲ ਕਰ ਰਿਹਾ ਸੀ ਪੰਜਾਬ ਐਜੂਕੇ ਰਿਕਰੂਟਮੈਂਟ ਬੋਰਡ ਦੇ ਵਿੱਚ ਜਿਹੜੀ ਭਰਤੀ ਆਈ ਹੈ ਜੀ 1664 ای ٹی 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 ٹیچਰਾਂ ਦੀ ਇਸ ਦੇ ਵਿੱਚ ਗ੍ਰੈਜੂਏਸ਼ਨ ਤੇ ਡਿਪਲੋਮਾ ਜ਼ਰੂਰੀ ਹੈ ای ٹی ٹی ਦਾ 23 ਤਿੰਨ 2020 ਐਸ ਸੀ ਜਿਹੜੀ ਹੈ ਉਹ ਲਾਸਟ ਡੇਟ ਹੈ ਇਸ ਤੋਂ ਬਾਅਦ ਡੀ ਐਚ ਐਫ ਡਬਲਯੂ ਐਸ ਪੰਜਾਬ ਦੇ ਵਿੱਚ 160 ਮੈਡੀਕਲ ਆਫਸਰਾਂ ਦੀ ਭਰਤੀ ਆਈ ਹੋਈ ਹੈ ਡਾਇਰੈਕਟ ਭਰਤੀ ਆਈ ਹੋਈ ਹੈ ਜੇ ਇਸ ਦੇ ਵਿੱਚ ਵਾਕ ਐਂਡ ਇੰਟਰਵਿਊ ਹੈ ਜਿਹੜਾ ਉਹ ਜ਼ਰੂਰੀ ਹੈ ਤੇ ਪੋਸਟ ਗ੍ਰੈਜੂਏਸ਼ਨ ਤੇ ਐਮ ਬੀਬੀਐਸ ਜਿਹੜਾ ਇਸ ਦੇ ਵਿੱਚ ਕੀਤੀ ਹੋਣੀ ਚਾਹੀਦੀ ਹੈ 16 ਤੋਂ ਲੈ ਕੇ 21 ਤੱਕ ਉਹ ਜਿਹੜੇ ਫਾਰਮ ਸਟਾਰਟ ਹੋਏ ਸੀ ਤੇ 3 21 ਤਿੰਨ 2000 ਜਿਹੜੀ ਇਸ ਦੀ ਲਾਸਟ ਡੇਟ ਐ ਐਸ ਐਸ ਐਨ ਆਈ ਬੀਈ ਦੇ ਵਿੱਚ 11 ਸਾਇੰਟਿਸਟ ਦੀ ਭਰਤੀ ਆਇਆ ਗਰੁੱਪ ਬੀ ਸੀ ਡੀ ਐਫ ਦੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਇਸ ਦੇ ਵਿੱਚ ਜ਼ਰੂਰੀ ਐ ਤੇ 19 4 2020 ਇਸ ਦੀ ਜਿਹੜੀ ਐ ਲਾਸਟ ਡੇਟ ਆ ਪੀਏਯੂ ਦੇ ਵਿੱਚ ਫਿਰ ਪੋਸਟ ਆਈਆਂ ਹੋਈਆਂ ਨੇ ਜੀ ਇਸ ਦੀ 18/3/2000 ਜਿਹੜੀ ਹੈ ਉਹ ਲਾਸਟ ਡੇਟ ਹੈ ਤੁਸੀਂ ਦੇਖ ਸਕਦੇ ਹੋ ਤੇ ਪੀਏਯੂ 23 ਅਸਿਸਟੈਂਟ ਪ੍ਰੋਫੈਸਰ ਤੇ ਸਾਇੰਸ ਐਂਡ ਅਦਰ ਪੋਸਟ ਆਈਆਂ ਹੋਈਆਂ ਨੇ ਇਸ ਦੇ ਵਿੱਚ ਬੀਐਸਸੀ ਐਮਐਸਸੀ ਜਿਹੜੀ ਹੈ ਜ਼ਰੂਰੀ ਹੈ ਇਸ ਦੀ ਜਿਹੜੀ ਲਾਸਟ ਡੇਟ ਹੈ 18/3 ਅਤੇ 1/15/4/2020 ਹੈ ਇਸ ਤੋਂ ਬਾਅਦ ਪੰਜਾਬ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੇ ਵਿੱਚ ਜਿਹੜੀਆਂ 2100 ਤੇ 82 ਪੋਸਟ ਆਈਆਂ ਹੋਈਆਂ ਨੇ ਜੀ ਪੋਸਟ ਗ੍ਰੈਜੂਏਸ਼ਨ ਬੇਸ ਤੇ ਵੀ ਹੈ ਜਿਹਨਾਂ ਦੀ ਕੀਤੀ ਹੋਈ ਹੈ ਇਸ ਦੀ ਜਿਹੜੀ ਲਾਸਟ ਡੇਟ ਹੈ 18/3/202 ਡੇਟ ਹੈ ਜੀ ਉਹ ਵੀ ਆ ਚੁੱਕੀ ਹੈ ਇਹੀ ਮੈਂ ਤੁਹਾਨੂੰ ਦੱਸਣ ਦਾ ਮਕਸਦ ਸੀ ਕਿ ਪੰਜਾਬ ਪੁਲਿਸ ਪਟਵਾਰੀ ਜਾਂ ਮਾਲ ਵਿਭਾਗ ਦੇ ਵਿੱਚ ਹਜੇ ਤੱਕ ਕੋਈ ਵੀ ਪੋਸਟ ਨਹੀਂ ਆਈ ਹੋਈ ਤੇ ਪੰਜਾਬ ਦੇ ਵਿੱਚ ਜਿਹੜੀਆਂ ਹੁਣ ਤੱਕ ਪੋਸਟਾਂ ਆਈਆਂ ਹੋਈਆਂ ਨੇ ਉਸ ਦੇ ਰਿਕਾਰਡਿੰਗ ਮੈਂ ਤੁਹਾਨੂੰ ਪਹਿਲਾਂ ਹੀ ਇੱਕ ਨੋਟੀਫਿਕੇਸ਼ਨ ਜਿਹੜੇ ਆਏ ਹੋਏ ਨੇ ਉਹ ਦਿਖਾ ਚੁੱਕਿਆ ਹਾਂ ਜੀ ਉਹ ਅਫੀਸ਼ੀਅਲੀ ਵੈਬਸਾਈਟ ਦੇ ਉੱਪਰ ਜਿਹੜੇ ਉਹ ਨੋਟੀਫਿਕੇਸ਼ਨ ਵੀ ਅਵੇਲੇਬਲ ਨੇ ਇਸ ਚੈਨਲ ਦੇ ਉੱਪਰ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦੀ ਨਿਊਜ਼ ਨਹੀਂ ਦਿੱਤੀ ਜਾਵੇਗੀ ਜਿਸ ਦੇ ਵਿੱਚ ਤੁਹਾਨੂੰ ਇਹ ਝੂਠ ਬੋਲਿਆ ਜਾਵੇ ਕਿ ਇਹ ਭਰਤੀ ਹੁਣ ਆ ਚੁੱਕੀ ਹੈ ਜਿੰਨਾ ਚਿਰ ਵੈਬਸਾਈਟ ਦੇ ਉੱਪਰ ਅਫੀਸ਼ੀਅਲੀ ਅਪਡੇਟ ਨਹੀਂ ਹ ਰਿਗਾਰਡਿੰਗ ਵੀ ਪੁੱਛ ਰਹੇ ਨੇ ਕਿ ਪੀਐਸ ਟੈਟ ਦਾ ਜਿਹੜਾ ਹੈ ਜੀ ਉਹ ਰਿਜ਼ਲਟ ਕਦੋਂ ਤੱਕ ਆਵੇਗਾ ਦੇਖੋ ਇਸ ਦੇ ਰਿਗਾਰਡਿੰਗ ਕੋਈ ਵੀ ਅਫੀਸ਼ੀਅਲੀ ਨੋਟੀਫਿਕੇਸ਼ਨ ਜਾਂ ਬੋਰਡ ਵੱਲੋਂ ਕੋਈ ਵੀ ਇਸ ਦੇ ਕੋਰ ਦਾ ਅਧਿਕਾਰਿਕ ਤੌਰ ਤੇ ਇਸ ਦੇ ਰਿਗਾਰਡਿੰਗ ਕੋਈ ਵੀ ਹਜੇ ਤੱਕ ਸਪਸ਼ਟ ਨਹੀਂ ਕੀਤਾ ਗਿਆ ਕਿ ਕਦੋਂ ਤੱਕ ਇਸ ਦਾ ਜਿਹੜਾ ਹੈ ਰਿਜ਼ਲਟ ਆ ਜਾਵੇਗਾ ਦੋਸਤੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਇਸ ਵੀਡੀਓ ਨੂੰ ਇੱਕ ਵਾਰੀ ਲਾਈਕ ਕਰ ਦਿਓ ਤੇ ਨਾਲ ਹੀ ਜੇਕਰ ਤੁਸੀਂ ਕੋਈ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਥੈਂਕ ਯੂ ਫਰੈਂਡਸ ਥੈਂਕ ਯੂ ਫਾਰ ਵਾਚਿੰਗ ਜੋਬਸ ਜੀ ਕੇ ਗੁਰੀ ਚੈਨਲ